एवरीवन, कैसे हैं आप सब? कितना हो तुसी सारे? वधिया, आई होप के ठीक ठाक होवोगे। बाहर जड़ी है, गर्मी बहुत ज्यादा है। आफ्टरनून का टाइम है, पूरे देखो 12 बज गए। ते आज छुट्टी सी, मैनू छुट्टी इस करके सी क्योंकि आज पंजाब बंद है। पंजाब क्यों बंद है, इस टॉपिक ते भी आपां गल करांगे। ते मैं फ्री सी, मैं सोचा कि क्यों ना मैं थोड़े नाल जड़ी है कोई वीडियो शेयर कर लिए। बार आप जान सकते, बार गर्मी बहुत है, फीचर रिलेटेड कोई वीडियो शूट कर नहीं सकते। सो मैं सोचा कि ना अंदर बैठ के ही थोड़े ना गल की जाए। तो सब तो पहला तुसी लास्ट वीडियो बहुत ज़्यादा लाइक की थी, थैंक यू सो मच लाइक करने वास्ते। तो और नेक्स्ट वीडियो तुसी किस वीकल ना देखना चाहते हो भी कमेंट जरूर दस्यो। तो एक गल हो कि अज सुबह मेरे इतने ਹੁਣ ਲੜ ਗਿਆ ਸੀ ਹੱਥ ਤੇ ਅੰਦਰ ਨੂੰ। ਤੇ ਆਹ ਦੇਖੋ ਹੱਥ ਮੇਰਾ ਪੂਰਾ ਸੁੱਜਿਆ, ਹੱਥ ਜਿਹੜਾ ਮੇਰਾ ਪੂਰਾ ਉਹਦੇ ਤੇ ਸਵੈਲਿੰਗ ਹੋਈ ਹੋਈ ਹੈ। ਇੱਧਰਲੇ ਹੱਥ ਦੀਆਂ ਨਾੜੀਆਂ ਦੇਖਦੀਆਂ, ਤੇ ਆਹ ਦੇਖੋ ਕਿ ਦੋਨੋਂ ਦਾ ਕੰਪੈਰੀਜ਼ਨ ਕਰਿਆ ਫਿਰ ਪਤਾ ਚੱਲਦਾ ਹੈ ਕਿ ਹੱਥ ਜਿਹੜਾ ਪੂਰਾ ਐਂ ਗੋਲੂ ਮੋਲੂ ਹੋਇਆ ਪਿਆ। ਤੇ ਅੱਜ ਛੁੱਟੀ ਸੀ, ਛੁੱਟੀ ਦਾ ਮੈਸੇਜ ਜਿਹੜਾ ਉਹ ਸੁਬਹਾ ਹੀ ਆਇਆ, ਸੁਬਹਾ ਮਾਰਨਿੰਗ ਚ। ਤੇ ਪੰਜਾਬ ਬੰਦ ਕਰਕੇ ਸੀ, ਪੰਜਾਬ ਬੰਦ ਇਸ ਕਰਕੇ ਹੋਇਆ ਕਿਉਂਕਿ ਲਾਸਟ ਜਿਹੜੀ ਮਣੀਪੁਰ ਚ ਘਟਨਾ ਹੋਈ ਹੈ, ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਮਈ ਦੇ ਵਿੱਚ, ਦੈਨ ਜੁਲਾਈ ਦੇ ਵਿੱਚ ਜੋ ਦੰਗੇ ਹੋਏ ਆ ਉਹ ਸਾਰੇ ਉਸ ਚੀਜ਼ ਦੇ ਇਨਸਾਫ ਵਾਸਤੇ ਅੱਜ ਜੋ ਹੈ ਭਾਈਚਾਰੇ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ, ਜਿਸ ਕਰਕੇ ਸਾਰੇ ਸਕੂਲ ਕਾਲਜਿਸ ਵੀ ਬੰਦ ਨੇ। ਸੋ ਆਪਾਂ ਵੀ ਉਹਨਾਂ ਦਾ ਸਮਰਥਨ ਕਰ ਰਹੇ ਹਾਂ ਕਿਉਂਕਿ ਵੂਮੈਨ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ। ਅਤੇ ਆਪਾਂ ਨੂੰ ਇਸ ਲਈ ਸਭ ਨੂੰ ਨਾਲ ਖੜਨਾ ਚਾਹੀਦਾ, ਇਹਦੇ ਆਵਾਜ਼ ਉਠਾਉਣੀ ਚਾਹੀਦੀ, ਚਾਹੇ ਇੰਡੀਆ ਦੇ ਕਿਸੇ ਕੋਨੇ 'ਚ ਵੀ ਵੂਮੈਨਸ 'ਤੇ ਕੋਈ ਇਸ ਤਰ੍ਹਾਂ ਦੀ ਟ੍ਰੈਜਡੀ ਜਾਂ ਕੋਈ ਘਟਨਾ ਹੁੰਦੀ ਹੈ ਤਾਂ ਆਪਣੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਹਾਲਾਂਕਿ ਆਪਣੀ ਸਟੇਟ ਜਿਹੜੀ ਉਹ ਕਾਫ਼ੀ ਸਿਕਿਓਰ ਹੈ ਇਸ ਮਸਲੇ 'ਚ, ਬਟ ਫਿਰ ਵੀ ਆਪਾਂ ਨੂੰ ਐਜ਼ ਆ ਇੰਡੀਅਨ ਆਪਣੀ ਡਿਊਟੀ ਬਣਦੀ ਹੈ ਕਿ ਆਪਾਂ ਜੋ ਹੈ ਸਭ ਨੂੰ ਨਾਲ ਲੈ ਕੇ ਚੱਲੀਏ। ਸੋ ਆਪਾਂ ਇਸ ਕਾਲ ਦਾ ਸਮਰਥਨ ਕਰ ਰਹੇ ਹਾਂ। ਸੋ ਅੱਜ ਛੁੱਟੀ ਸੀਗੀ ਇਸ ਕਰਕੇ, ਅਤੇ ਮੈਂ ਸੋਚਿਆ ਕਿ ਛੁੱਟੀ ਵਾਲੇ ਦਿਨ ਤੁਹਾਡੇ ਨਾਲ ਦੋ ਪਲ ਜਿਹੜੇ ਉਹ ਗੱਲਾਂ ਬਾਤਾਂ ਕਰ ਲਈਆਂ ਜਾਣ। ਅਤੇ ਲਾਸਟ ਜਿਹੜੀ TVS ਜੋ ਸੋਰੀ TVS ਕਹੀ ਜਾਂਦੀ ਹੈ, ਕਨੈਟਿਕ ਸਕੂਟੀ ਕਨੈਟਿਕ ਹੰਡ ਵਾਲੀਆਂ ਵੀਡੀਓਜ਼ ਨੂੰ ਤੁਸੀਂ ਕਾਫ਼ੀ ਜ਼ਿਆਦਾ ਲਾਈਕ ਕੀਤਾ ਐਂਡ ਤੁਸੀਂ ਕਮੈਂਟ ਕੀਤੇ ਸੀਗੇ ਕਿ ਸਾਡੀਆਂ ਉਸ ਕਨੈਟਿਕ ਨਾਲ ਕਾਫ਼ੀ ਜ਼ਿਆਦਾ ਯਾਦਾਂ ਜੁੜੀਆਂ ਹੋਈਆਂ ਨੇ, ਮੈਮਰੀਜ਼ ਨੇ। ਅਤੇ ਵੈਸੇ ਵੀ ਇਹ ਕਨੈਟਿਕ ਜਿਹੜੀ ਉਹ ਕਾਫ਼ੀ ਜ਼ਿਆਦਾ ਸਮੋਕ ਕਰਦੀ ਹੈ, ਤਾਂ ਜਦੋਂ ਚਲਾਈ ਦੀ ਹੈ ਤਾਂ ਪਿੱਛੇ ਧੂੰਆਂ ਹੀ ਧੂੰਆਂ ਹੋ ਜਾਂਦਾ, ਜੋ ਤੁਸੀਂ ਦੇਖਿਆ ਹੀ ਹੋਏਗਾ। ਬਾਕੀ ਤੁਸੀਂ ਜਿਸ ਦਿਨ ਛੁੱਟੀ ਹੁੰਦੀ ਹੈ ਤਾਂ ਤੁਸੀਂ ਉਹ ਡੇ ਕਿੱਦਾਂ ਸਪੈਂਡ ਕਰਦੇ ਹੋ ਵੀ ਮੇਰੇ ਨਾਲ ਕਮੈਂਟ 'ਚ ਜ਼ਰੂਰ ਸ਼ੇਅਰ ਕਰਿਓ। ਔਰ ਨੈਕਸਟ ਵੀਡੀਓ ਤੁਸੀਂ ਜੀਪ ਨਾਲ ਦੇਖਣਾ ਚਾਹੁੰਦੇ ਹੋ, ਕਾਰ ਨਾਲ ਦੇਖਣਾ ਚਾਹੁੰਦੇ ਹੋ ਜਾਂ ਕਨੈਟਿਕ ਨਾਲ ਹੀ, ਤਾਂ ਉਹ ਵੀ ਜ਼ਰੂਰ ਸ਼ੇਅਰ ਕਰਿਓ। ਐਂਡ ਕਿੰਨੇ ਕਿੰਨੇ ਕੈਰਮ ਖੇਡਣ ਦਾ ਕੌਣ ਕੌਣ ਸ਼ੌਕੀਨ ਹੈ, ਬਚਪਨ 'ਚ ਵੀ ਖੇਡਿਆ ਹੋਏਗਾ, ਮੈਂ ਬਚਪਨ 'ਚ ਬਹੁਤ ਕੈਰਮ ਖੇਡਿਆ। ਅਤੇ ਹੁਣ ਵੀ ਜਦੋਂ ਫ੍ਰੀ ਟਾਈਮ ਹੁੰਦਾ ਤਾਂ ਫੇਵਰੇਟ ਪਾਸ ਟਾਈਮ ਗੇਮ ਹੈ, ਅੱਛਾ ਟਾਈਮ ਪਾਸ ਹੁੰਦਾ ਹੈ। ਐਂਡ ਅਤੇ ਹੁਣ ਆਪਾਂ ਬਿਲਕੁਲ ਵੀ ਜੀਪ ਦੀ ਜਿਹੜੀ ਹੈ ਇਨ ਫਿਊਚਰ ਮਡਿੰਗ ਨਹੀਂ ਕਰਨੀ, ਨਾ ਕੋਈ ਰਿਕੁਐਸਟ ਕਰੇ ਕਿ ਜੀਪ ਮੜ, ਕਿਉਂਕਿ ਬਹੁਤ ਜ਼ਿਆਦਾ ਧੋਣੀ ਔਖੀ ਹੈ, ਵਾਸ਼ ਕਰਨੀ ਕਲੀਨ ਕਰਨੀ ਬਹੁਤ ਔਖੀ ਹੈ। ਲਾਸਟ ਟਾਈਮ ਕੁਛ ਸ਼ੋਟਸ ਸ਼ੂਟ ਕੀਤੀਆਂ ਸੀ ਤਾਂ ਇੰਨੀ ਜ਼ਿਆਦਾ ਡਰਟੀ ਹੋ ਗਈ ਸੀ ਕਿ ਮਸਾ ਕਲੀਨ ਕਰਕੇ ਹੁਣ ਅੰਦਰ ਖੜੀ ਕੀਤੀ ਹੈ। ਉੱਦਾਂ ਵੈਸੇ ਤੁਹਾਡੇ ਨਾਲ ਜੀਪ ਰਾਈਡ ਸ਼ੇਅਰ ਕਰਾਂਗੇ, ਐਂਡ ਤੁਹਾਨੂੰ ਜਿਹੜੀ ਹੈ ਜੀਪ ਜਿਹੜੀ ਓਪਨ ਜੀਪ ਪਸੰਦ ਹੈ ਜਾਂ ਉਹਨੂੰ ਆਪਾਂ ਕਵਰ ਕਰ ਦਈਏ ਹੁੱਡ ਲਗਾ ਕੇ, ਉੱਦਾਂ ਨਹੀਂ ਪਸੰਦ ਹੈ ਉਹ ਵੀ ਕਮੈਂਟ 'ਚ ਜ਼ਰੂਰ ਸ਼ੇਅਰ ਕਰਿਓ। ਐਂਡ ਇਨ ਫਿਊਚਰ ਆਪਾਂ ਸੋਚ ਰਹੇ ਹਾਂ ਕਿ ਜੀਪ ਦੇ ਜਿਹੜੇ ਟਾਇਰ ਆ ਉਹ ਵੀ ਆਪਾਂ ਚੇਂਜ ਕਰੀਏ ਆਉਣ ਵਾਲੇ ਕੁਛ ਮੰਥਸ ਦੇ ਵਿੱਚ, ਅਤੇ ਟਾਇਰ ਜਿਹੜੇ ਉਹ ਆਪਾਂ ਮੌਂਸਟਰ ਟਾਇਰ ਰੱਖਾਂਗੇ ਤਾਂ ਕਿ ਜੀਪ ਦੀ ਜਿਹੜੀ ਲੁੱਕ ਹੈ ਉਹ ਮੌਂਸਟਰ ਲੁੱਕ ਆਵੇ ਅਤੇ ਹੋਰ ਵੀ ਜ਼ਿਆਦਾ ਘੈਂਟ ਲੱਗੇ। ਅਤੇ ਸੋਚ ਵਿਚਾਰ ਚੱਲ ਰਹੀ ਹੈ ਇਸ ਚੀਜ਼ 'ਤੇ, ਅਗਰ ਜਦੋਂ ਦੇਖਦੇ ਹਾਂ ਕਦੋਂ ਸਹੀ ਟਾਈਮ ਬੈਠਦਾ ਹੈ, ਟਾਈਮ ਮਿਲਦਾ ਹੈ ਤਾਂ ਆਪਾਂ ਜ਼ਰੂਰ ਸ਼ੋਪ 'ਤੇ ਵਿਜ਼ਿਟ ਕਰਕੇ ਉਹਦੇ ਜਿਹੜੇ ਟਾਇਰ ਉਹ ਚੇਂਜ ਕਰਾਂਗੇ। ਟਾਇਰ ਚੇਂਜ ਹੋਣ ਨਾਲ ਉਹਦੀ ਜਿਹੜੀ ਲੁੱਕ ਹੈ ਉਹ ਬਿਲਕੁਲ ਚੇਂਜ ਹੋ ਜਾਏਗੀ। ਪਹਿਲਾਂ ਆਪਾਂ ਸੋਚਿਆ ਸੀ ਕਿ ਜੀਪ ਦਾ ਜਿਹੜਾ ਕਲਰ ਵੀ ਚੇਂਜ ਕਰਵਾ ਦਿੱਤਾ ਜਾਵੇ, ਬਟ ਕਲਰ ਆਪਾਂ ਹਜੇ ਬਿਲਕੁਲ ਚੇਂਜ ਨਹੀਂ ਕਰਵਾਉਣਾ ਕਿਉਂਕਿ ਕਾਲਾ ਰੰਗ ਜਿਹੜਾ ਬਲੈਕ ਕਲਰ ਹੈ ਉਹ ਸਭ ਦਾ ਫੇਵਰੇਟ ਹੈ, ਐਂਡ ਕਾਲੀ ਜੀਪ ਦੀ ਜਿਹੜੀ ਡੈਸ਼ਟ ਹੈ ਉਹ ਵੱਖਰੀ ਹੁੰਦੀ ਹੈ। ਅਤੇ ਚਲੋ ਜੀ, ਇਹ ਛੋਟੀ ਜਿਹੀ ਅਪਡੇਟ ਜਿਹੜੀ ਜੀਪ ਰਿਲੇਟਡ ਸੀ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ। ਅਤੇ ਬਾਕੀ ਹੁਣ ਡੇਲੀ ਵੀਡੀਓ ਆਇਆ ਕਰਨਗੀਆਂ ਤੁਹਾਡੇ ਨਾਲ, ਕਿਉਂਕਿ
ਪਿੱਛੇ ਜੇ ਮੌਸਮ ਜਿਹੜਾ ਪੰਜਾਬ ਦਾ ਬਹੁਤ ਜ਼ਿਆਦਾ ਰੇਨ ਹੀ ਰਿਹਾ ਹੈ ਅਤੇ ਰੇਨ ਕਰਕੇ ਸਾਰਾ ਦਿਨ ਹੀ ਰੇਨ ਪੈਂਦੀ ਰਹਿੰਦੀ ਸੀ ਕੋਈ ਹੁਣ ਜਿਹੜਾ ਮੌਸਮ ਹੈ ਬਿਲਕੁਲ ਕਲੀਅਰ ਹੋ ਗਿਆ ਰੇਨ ਵਗੈਰਾ ਇੱਕ ਟਾਈਮ ਲਈ ਤਾਂ ਰੁਕੀ ਹੋਈ ਹੈ ਗਰਮੀ ਹੁੰਦੀ ਹੈ ਹਾਂ ਥੋੜ੍ਹੇ ਦਿਨ ਪਏਗੀ ਉਸ ਤੋਂ ਬਾਅਦ ਵੈਸੇ ਵੀ ਗਰਮੀ ਵੀ ਘੱਟ ਜਾਏਗੀ ਵੈਦਰ ਜਿਹੜਾ ਉਹ ਬਿਲਕੁਲ ਸਾਫ਼ ਹੋ ਜਾਏਗਾ ਸੋ ਹੁਣ ਤੁਹਾਡੇ ਲਈ ਰੈਗੂਲਰ ਵੀਡੀਓਜ਼ ਆਉਣਗੀਆਂ ਐਂਡ ਅੱਗੇ ਫੈਸਟੀਵਲ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਅਗਸਤ ਦੇ ਵਿੱਚ ਹੀ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਂਦਾ ਪਹਿਲਾਂ 15 ਅਗਸਤ ਦੈਨ ਰੱਖੜੀ ਦੈਨ ਦੀਵਾਲੀ ਦੁਸਹਿਰਾ ਸਭ ਕੁਛ ਨੈਕਸਟ ਟੂ ਨੈਕਸਟ ਅਤੇ ਵੈਦਰ ਜਿਹੜਾ ਕਲੀਨ ਅਤੇ ਕਲੀਅਰ ਹੋਣ ਵਾਲਾ ਹੈ ਅਤੇ ਫੈਸਟੀਵਲ ਸੀਜ਼ਨ ਦੇ ਵਿੱਚ ਜਿਹੜਾ ਥੋੜ੍ਹਾ ਹਰੇਕ ਬੰਦੇ ਦਾ ਜਿਹੜਾ ਮੂਡ ਹੈ ਉਹ ਵੀ ਚੇਂਜ ਹੋ ਜਾਂਦਾ ਸੋ ਕੰਮ ਕਰਨ ਨੂੰ ਦਿਲ ਕਰਦਾ ਆਪਾਂ ਇਸ ਕਰਕੇ ਹੁਣ ਤੁਹਾਡੇ ਨਾਲ ਰੈਗੂਲਰ ਵੀਡੀਓਜ਼ ਸ਼ੇਅਰ ਕਰਾਂਗੇ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਜਿਹੜੀ ਹੈ ਕੋਈ ਵੀ ਡਿਮਾਂਡ ਹੋਵੇ ਤੁਸੀਂ ਕਮੈਂਟ 'ਚ ਦੱਸ ਸਕਦੇ ਹੋ ਮੇਰੇ ਇੰਸਟਾਗ੍ਰਾਮ ਦਾ ਲਿੰਕ ਜਿਹੜਾ ਹੈ ਉਹ ਨੀਚੇ ਦਿੱਤਾ ਗਿਆ ਤੁਸੀਂ ਉੱਥੇ ਜਾ ਕੇ ਉਸ ਲਿੰਕ 'ਤੇ ਕਲਿੱਕ ਕਰਕੇ ਇੰਸਟਾਗ੍ਰਾਮ 'ਤੇ ਕੋਈ ਵੀ ਆਪਣੀ ਜਿਹੜੀ ਕੁਐਸਚਨ ਕਿਊਜ਼ ਹੈ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਜਾਂ ਈਮੇਲ ਕਰ ਸਕਦੇ ਹੋ ਅਤੇ ਗੱਲ ਹੋਰ ਮੈਂ ਤੁਹਾਡੇ ਨਾਲ ਕਰਨੀ ਸੀਗੀ ਤੁਸੀਂ ਵੀਡੀਓ ਜਿਹੜੀ ਉਹ ਦੇਖ ਤਾਂ ਜ਼ਰੂਰ ਲੈਂਦੇ ਹੋ ਬਟ ਉਹਨੂੰ ਲਾਈਕ ਅਤੇ ਕਮੈਂਟ ਉਹਦੇ 'ਚ ਬਹੁਤ ਹੀ ਘੱਟ ਕਰਦੇ ਹੋ ਆਪਣੀਆਂ ਸੁਜੈਸ਼ਨਸ ਜ਼ਰੂਰ ਦਿਆ ਕਰੋ ਕਮੈਂਟ 'ਚ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਐਂਡ ਇਨ ਫਿਊਚਰ ਤੁਸੀਂ ਕਿਸ ਵਹੀਕਲ ਜਿਹੜੇ ਡਿਫਰੈਂਟ ਵਹੀਕਲਾਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ 'ਚ ਜ਼ਰੂਰ ਦੱਸਿਓ ਕਿਉਂਕਿ ਜਿਹੜੀ ਕਨੈਕਟਿਕ ਆਪਾਂ ਫਾਇੰਡ ਆਊਟ ਕੀਤੀ ਸੀਗੀ ਇਹ ਆਪਾਂ ਨੂੰ ਤਕਰੀਬਨ 3-4 ਮੰਥ ਦੀ ਸਰਚ ਤੋਂ ਬਾਅਦ ਇਹ ਕਨੈਕਟਿਕ ਸਕੂਟੀ ਮਿਲੀ ਸੀ ਕਿਉਂਕਿ ਆਪਾਂ ਨੂੰ ਇਹ ਸਕੂਟੀ ਅੱਜ ਕੱਲ੍ਹ ਆਮ ਦੇਖਣ ਨੂੰ ਨਹੀਂ ਮਿਲਦੀ ਬਹੁਤ ਹੀ ਰੇਅਰ ਲੋਕਾਂ ਕੋਲ ਹੈ ਬਹੁਤ ਹੀ ਘੱਟ ਲੋਕਾਂ ਕੋਲ ਇਹ ਸਕੂਟੀ ਰਹਿ ਗਈ ਹੈ ਬਾਕੀ ਸਾਰੀ ਤਾਂ ਆਈ ਥਿੰਕ ਜੰਕ 'ਚ ਹੀ ਚਲੀ ਗਈ ਹੈ ਇੰਨੀ ਜ਼ਿਆਦਾ ਕਾਫੀ ਟਾਈਮ ਆਪ ਸਾਨੂੰ ਸਰਚ ਕਰਨ ਤੋਂ ਬਾਅਦ ਇਹ ਸਕੂਟੀ ਜਿਹੜੀ ਉਹ ਮਿਲੀ ਸੀਗੀ ਸੋ ਇਨ ਫਿਊਚਰ ਤੁਸੀਂ ਕੋਈ ਇਸ ਤਰ੍ਹਾਂ ਦੇ ਵਹੀਕਲ ਨਾਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ 'ਚ ਜ਼ਰੂਰ ਦੱਸਿਓ ਅਗਰ ਤੁਹਾਡੀਆਂ ਕੋਈ ਕਿਸੇ ਵਹੀਕਲ ਨਾਲ ਮੈਮਰੀਜ਼ ਰਿਲੇਟਡ ਨੇ ਤੁਸੀਂ ਜੋ ਕੋਈ ਮੇਰੀ ਏਜ ਨਾਲ ਜਾਂ ਮੈਥੋਂ ਵੱਡਾ ਵੀਡੀਓ ਦੇਖ ਰਿਹਾ ਤਾਂ ਉਹ ਆਪਣੀ ਜਿਹੜੀ ਹੈ ਕਾਲਜ ਟਾਈਮ ਦੀਆਂ ਮੈਮਰੀਜ਼ ਕਿਸ ਵਹੀਕਲ ਨਾਲ ਸੀਗੀਆਂ ਉਸਦੀਆਂ ਕਿਸ ਵਹੀਕਲ 'ਤੇ ਉਹ ਟਰੈਵਲ ਕਰਦਾ ਸੀ ਤਾਂ ਉਹ ਵੀ ਕਮੈਂਟ 'ਚ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਜੋ ਆ ਤੁਹਾਡੀਆਂ ਮੈਮਰੀਜ਼ ਕਿਸ ਵਹੀਕਲ ਨਾਲ ਸੀ ਅਤੇ ਕਿਸ ਵਹੀਕਲ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਪਸੰਦ ਕਰਦੇ ਹੋ ਕਿਉਂਕਿ ਬਹੁਤ ਸਾਰੇ ਇੱਦਾਂ ਦੇ ਵਹੀਕਲਸ ਨੇ ਬਹੁਤ ਸਾਰੀਆਂ ਇੱਦਾਂ ਦੀਆਂ ਸਕੂਟੀਜ਼ ਨੇ ਮੋਟਰਬਾਈਕਸ ਨੇ ਸਕੂਟਰਸ ਨੇ ਜਾਂ ਕਾਰਸ ਨੇ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਮੋਡੀਫਾਈ ਹੋ ਚੁੱਕੀਆਂ ਜਾਂ ਨਿਊ ਆ ਗਈਆਂ ਸੋ ਜ਼ਰੂਰ ਕਮੈਂਟ 'ਚ ਦੱਸਿਓ ਅਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ ਸੋ ਮੱਚ ਜੀ ਨੈਕਸਟ ਵੀਡੀਓ ਬਾਏ